ਉਹ ਬੇਵਕੂਫ ਡਾਚੀ ਪਤਾ ਕਿਹਨੂੰ ਕਹਿੰਦੇ ਕਿਹਨੂੰ ਕਹਿੰਦੇ ਉਹ ਇੱਕ ਉਹ ਨਹੀਂ ਹੁੰਦਾ ਉਹ ਕੱਪੜੇ ਦਾ ਘੋੜਾ ਜਿਹਾ ਬਣਾਇਆ ਹੁੰਦਾ ਉਹ ਜਿਹੜਾ ਤੇਰੇ ਮੂੰਹ ਵਰਗਾ ਹੁੰਦਾ ਜਿਹਦੇ ਵਿੱਚ ਬੰਦਾ ਵੜ ਕੇ ਨੱਚਦਾ ਅੱਗੋਂ ਇੰਜਨ ਚੁੱਕਦਾ ਸਮਝਿਆ ਦੇਖਿਆ ਕਦੀ ਰਾਜਸਥਾਨੀ ਡਾਂਸ ਵੀ ਉਹ ਏਦਾਂ ਏਦਾਂ ਘੋੜਾ ਚੱਕ ਕੇ ਵਿੱਚ ਬੰਦਾ ਵੜਿਆ ਹੁੰਦਾ ਹਾਂਜੀ ਹਾਂਜੀ ਤੇ ਕੱਪੜਾ ਜਿਹਾ ਏਦਾਂ ਲਪੇਟਿਆ ਹੁੰਦਾ ਜਦੋਂ ਮੈਂ ਟੂਰ ਤੇ ਗਿਆ ਸੀ ਨਾ ਚਾਈਨਾ ਉਦੋਂ ਦੇਖਿਆ ਸੀ ਮੈਂ ਹਾਂ ਉਹੀ ਘੋੜੇ ਦੇ ਲੱਤਾਂ ਥੱਲੇ ਆ ਗਏ ਸੀ ਤੂੰ ਤੈਨੂੰ ਬਾਅਦ ਚ ਪਤਾ ਲੱਗਿਆ ਇਹ ਤੇ ਬੰਦੇ ਦੀਆਂ ਜਿਹੜੀਆਂ ਘੋੜੇ ਦੇ ਪੈਰ ਦੇ ਥੱਲੇ ਲੱਗਦੇ ਹੁੰਦੇ ਆ ਲੋਹੇ ਦੀਆਂ ਖੁਰੀਆਂ ਹਾਂ ਹਾਂ ਉਹ ਇੱਕ ਵਾਰੀ ਇਹਦੇ ਮੂੰਹ ਤੇ ਪੰਨਾ ਸੀਗੀਆਂ ਅੱਛਾ ਹਾਂ ਤੂੰ ਤਾਂ ਮੈਨੂੰ ਜਾਣਦਾ ਹੀ ਹਾਂਜੀ ਤੂੰ ਤਾਂ ਮੈਨੂੰ ਜਾਣਦਾ ਹੀ ਜਾਣਦਾ ਕੌਣ ਕੁੱਠਾ ਰਹਿੰਦਾ ਮੇਰੇ ਨਾਲ ਬਾਬਾ ਪੁਕਾਈ ਮਾਰੀ ਜਾਂਦਾ ਓਏ ਇਹ ਕੀ ਨਿਕਲਿਆ ਤੇਰੇ ਅੰਦਰੋਂ ਹਾਂਜੀ ਇਹ ਕਾਸਟ ਤੋਂ ਪਹਿਲੇ ਤੁਸੀਂ ਉੱਥੇ ਰਹਿੰਦੇ ਰਹੇ ਇਹ ਨਹੀਂ ਪਹਿਲਾਂ ਮੈਂ ਬੜੇ ਕਾਰਨਾਮੇ ਕੀਤੇ ਆ ਅੱਛਾ ਹਾਂ ਇਹ ਤੂੰ ਕੀ ਚਿਕੜ ਲੰਗਣ ਲੱਗਾ ਘੜੀ ਤੋਂ ਬਾਅਦ ਇਕੱਠਾ ਕਰ ਲੈਣਾ ਇਹਨੂੰ ਲੈ ਮੈਂ ਫੜ ਲੈਣਾ ਫਿਰ ਦੁਬਾਰਾ ਵਾਹ ਜੀ ਵਾਹ ਤੇ ਫੜ ਕੇ ਲੈਣਾ ਅੰਦਰ ਹੀ ਮੇਰੀ ਮੇਰੀ ਗੱਲ ਸੁਣ ਓਏ ਆਪਣਾ ਕੀ ਕੀਤਾ ਤੂੰ ਭੰਗੜਾ ਮੈਂ ਪਾਉਣਾ ਨੱਚ ਕਿਦੇ ਵਿੱਚ ਤੂੰ ਬੇਟਾ ਤੂੰ ਕੀ ਕਰ ਭੰਗੜਾ ਮੈਂ ਪਾਉਣਾ ਘੱਟੋ ਘੱਟ 3-3 ਕਿਲੋਮੀਟਰ ਪਰੇ ਹੋ ਜਾਓ ਕਿਉਂਕਿ ਮੁਸ਼ਕ ਬਹੁਤ ਮਾਰਦਾ ਮੈਂ ਇਦਾਂ ਦਾ ਕੁਝ ਗਾਇਆ ਕਰ ਜਿਹੜਾ ਲੋਕਾਂ ਨੂੰ ਅੱਛਾ ਵੀ ਨਾ ਲੱਗੇ ਹੈਲੋ 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 ਉਹ ਬੱਲੇ ਬੱਲੇ ਕੀ ਹਾਲ ਚਾਲ ਹੈ ਸਾਬੀ ਸਾਹਿਬ ਥਾਈਲੈਂਡ ਦਾ 3 ਦਿਨ ਤੇ 4 ਰਾਤਾਂ ਦਾ ਵਿੱਚ ਸਾਨੂੰ ਮਿਲਾ ਕੇ ਤੁਹਾਡੇ ਆਪਣੇ ਖਰਚੇ ਤੇ ਅਸੀਂ ਤੁਹਾਨੂੰ ਆਫਰ ਕਰਾਂਗੇ ਕੋਈ ਨਹੀਂ ਨਹੀਂ ਲੈ ਕੇ ਨੀ ਜਾਓਗੇ ਭਰਾ ਨੂੰ ਖਰਚੇ ਮੈਂ ਥੋੜੀ ਗੱਲ ਹੁੰਦੀ ਸਵੇਰੇ ਨਿਕਲਾਂਗਾ ਜਦੋਂ ਤੂੜੀ ਵਾਲੀ ਟਰਾਲੀ ਨਿਕਲੇਗੀ ਨਾ ਉਹਦੇ ਪਿੱਛੇ ਲਮਕ ਕੇ ਤੇ ਪਹੁੰਚਾਂਗਾ ਮੈਨੂੰ ਲੱਗਦਾ 1-2 ਸਾਲ ਲੱਗਣਗੇ ਮੈਨੂੰ ਇੱਧਰ ਬਹੁਤ ਵਧੀਆ ਬੀਚ ਹੈ ਜੀ ਪਹਿਲੇ ਪੁੱਛ ਲਾ ਉਹਨਾਂ ਨੂੰ ਉਹਨਾਂ ਨੇ ਪੰਚ ਮਾਰਿਆ ਨੀ ਮੁਸ਼ਕਲ ਨਾਲ ਤੇ ਤੂੰ ਖਰਾਬ ਕਰਦਾ ਆ ਦੁਬਾਰਾ ਬੋਲਿਓ ਜੀ ਜਿੱਦਾਂ ਦੇ ਤੂੰ ਕੱਪੜੇ ਪਾਏ ਤੇਰੇ ਵਰਗੇ ਸਿੰਗਰ ਨੀ ਸੱਪ ਫੜਨ ਵਾਲੇ ਹੁੰਦੇ ਨਾ ਤਾਂ ਵਿੱਚ ਮੇਜਰ ਸਿੰਘ ਦਾ ਆਇਆ ਸੀਗਾ ਪਹਿਲਾਂ ਉਹ ਵੀ ਤੇਰਾ ਪਿਓ ਹੀ ਉਹ ਵੀ ਉਦੋਂ ਦਾ ਲੱਗਦਾ ਉਹ ਨਾਲੇ ਏਦਾਂ ਦੇ ਸਪੇਰੇ ਨਾ ਇਹੋ ਜਿਹਾ ਦਾ ਆਪਣਾ ਕੰਮ ਹੁੰਦਾ ਇਹੋ ਜਿਹੇ ਦੋ ਸੱਪ ਇਹੋ ਜਿਹਾ ਸਪੇਰਾ ਪਤਾ ਕੀ ਕਰਦਾ ਇੱਕ ਨਕਲੀ ਸੱਪ ਲੈ ਕੇ ਨਾ ਪਹਿਲੇ ਇਹਦਾ ਹੀ ਕੰਮ ਸੀ ਇਹ ਵੈਸੇ ਨਕਲੀ ਸੱਪ ਲੈ ਕੇ ਲੋਕਾਂ ਦੇ ਘਰ ਛੱਡ ਦਿੰਦਾ ਸੀ ਤੇ ਬੀਨ ਵਜਾਉਂਦਾ ਸੀ ਤੇ ਕਹਿੰਦਾ ਸੀ 500 ਰੁਪਈਆ ਲਵਾਂਗਾ ਸੱਪ ਕੱਢਣ ਦੇ ਤੇ 500 ਰੁਪਈਆ ਲੈ ਕੇ ਤੇ ਸੱਪ ਕੱਢ ਲੈਂਦਾ ਸੀ ਇੱਕ ਦਿਨ ਇਹਨੇ ਇੱਕ ਘਰ ਸੱਪ ਛੱਡਿਆ ਇਹਨੇ ਬੀਨ ਵਜਾਈ 2 ਨਿਕਲਾਏ ਘਰ ਵਾਲੇ ਕਹਿੰਦੇ ਫੜੋ ਹੁਣ ਸੱਪ ਕਹਿੰਦਾ ਤੁਸੀਂ ਆਪਣਾ ਫੜੋ ਮੈਂ ਆਪਣੇ ਵਾਲਾ ਫੜਦਾ ਕਹਿੰਦਾ ਮੇਰਾ ਜਿਹੜਾ ਵਾਂਗ ਮੈਂ ਉਹੀ ਫੜਨਾ ਸਰ ਇੱਕ ਵਾਰੀ ਸਪੇਰਾ ਮੈਨੂੰ ਵੀ ਮਿਲਿਆ ਸੀ ਵਾਹ 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 ਤੇਰੇ ਮੂੰਹ ਚ ਬੀਨ ਫਸਾਤੀ ਹੋਣੀ ਉਹਨੇ ਨਹੀਂ ਸਰ ਤੁਹਾਨੂੰ ਪਤਾ ਉਹ ਕਿੰਨਾ ਸਮਝਦਾਰ ਸੀ ਉਹਨੇ ਨਾ ਪਤਾ ਮੈਨੂੰ ਸਾਰਾ ਮੇਰੇ ਭਵਿੱਖ ਦੱਸਿਆ ਫਿਰ ਉਹ ਤੋਂ ਬਾਅਦ ਉਹਨੇ ਗਿੱਦੜ ਸਿੰਘ ਵੀ ਦਿੱਤੀ ਸੀ ਵਾਹ 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 ਉਹ ਸਿੰਘੀ ਨਹੀਂ ਦਿੱਤਾ ਸਿੰਘ ਦਿੱਤਾ ਸੀ ਪ੍ਰੋਪਰ ਇੱਕ 12 ਸਿੰਘਾ ਤੇ ਤੈਨੂੰ ਕਿਹਾ ਸੀ ਇਹਨੂੰ ਦੇਖ ਕੇ ਤੇ ਸਿਰ ਤੇ ਲਾ ਕੇ ਐਟਮਾ ਕਰਿਆ ਕਰ ਉਹ ਸਿੰਘੀ ਨੇ ਤੇਰੀ ਸਿੰਘੀ ਨੇ ਨੱਪੀ ਕੋਈ ਨੀ ਹੈਲੋ ਹੈਲੋ ਉਹ ਪੁੱਤਰ ਗੱਲ ਕਰਨ ਡੇ ਸਾਬੀ ਸਾਹਿਬ ਹਾਂਜੀ ਹਾਂਜੀ ਸਾਬੀ ਸਾਹਿਬ ਨਹੀਂ ਇਹ ਕਰਦਾ ਕੋਈ ਵੀ ਗੱਲ ਹਾਂ ਚੱਲ ਬਈ ਗਾਣਾ ਸੁਣਾਏਗਾ ਟਾਈਮ ਵੀ ਘੱਟ ਆ ਸਾਡੇ ਕੋਲ ਵਧੀਆ ਜਿਹਾ ਸੁਣਾਈ ਕੋਈ ਹੋ ਜਦੋਂ ਚੜ੍ਹ ਗਈ ਤੂੰ ਤੀਰ ਬਣ
ਗਰਾਂ ਦੀ ਕਮਾਨ ਤੇ ਵਾਹ 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 ਦਿਲ ਦਾ ਦਰਦ ਉਦੋਂ ਆ ਗਿਆ ਜ਼ਬਾਨ ਤੇ ਦਿਲ ਦਾ ਦਰਦ ਉਦੋਂ ਆ ਗਿਆ ਜ਼ਬਾਨ ਤੇ ਦਿਲ ਦਾ ਦਰਦ ਉਦੋਂ ਆ ਗਿਆ ਜ਼ਬਾਨ ਤੇ ਤੇਰਾ ਮੂੰਹ ਦੇਖ ਕੇ ਲੱਗਣ ਹੀ ਨਹੀਂ ਡਿਆ ਦਿਲ ਦਾ ਦਰਦ ਹੈ ਤੇ ਰਸੌਲੀ ਦਾ ਲੱਗਣ ਡਿਆ ਮੈਨੂੰ ਲੱਗਣ ਡਿਆ ਤੇਰੇ ਪੁੱਛੜੀ ਪੁੱਛੜੀ ਦਾ ਨਿਕਲਿਆ ਤੇਰੇ ਦਰਦ